$100 ਨਾਲ ਚੰਦ ਦੂਜਾ ਪਾਰਟ ਹੈ ਤੇ ਇਹ ਪਾਰਟ ਚ ਆਪਾਂ ਵੱਢਾਂਗੇ ਸੋਇਆਬੀਨ ਕਿਉਂਕਿ ਮੈਂ ਸੁਣ ਕੇ ਕੱਟੇ ਵੀ ਲਾਵਾਂਗੇ ਪਰ ਮੇਰੇ ਕੋਲੇ ਹਾਰਵੈਸਟਰ ਸੀਗੇ ਉਹ ਥੋੜੇ ਜਿਹੇ ਇੱਕ ਤਾਂ ਕਿਰਾਏ ਤੇ ਸੀਗੇ ਇੱਕ ਮਹਿੰਗੇ ਸੀਗੇ ਆਪਣੇ ਕੋਲੇ ਇੰਨੇ ਪੈਸੇ ਵੀ ਨਹੀਂ ਸੀਗੇ ਮੈਂ ਕਿਹਾ ਚੱਲ ਖੇਰਾਂ ਆਪਾਂ ਕਰ ਲੈਂਦੇ ਇੱਕ 2 ਮਹੀਨੇ ਨਾ ਮੁੜ ਕੇ ਆਪਾਂ ਹਾਰਵੈਸਟਰ ਖਰੀਦ ਲਾਂਗੇ ਨਾਲੇ ਤਾਂ ਨਾਲੇ ਥੋੜੇ ਜਿਹੇ ਵਾਹਣ ਖਰੀਦ ਲਾਂਗੇ ਅਤੇ ਦਿਨ ਬਹੁਤ ਟੱਪ ਗਏ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਤਾਂ ਕਰਕੇ ਫਿਰ ਮੈਂ ਹੋਰ ਬੀਤੀ ਸੀਗੀ ਦੇਖੋ 4 ਦਿਨ ਤਾਂ ਅਸੀਂ ਟੱਪ ਗਏ 4-5 ਦਿਨ ਟੱਪ ਗਏ ਤਾਂ ਜਾ ਕੇ ਰੇਟ ਵਧਿਆ ਗਾ ਅਤੇ ਉਦੋਂ ਰੇਟ 2000 ਦਾ ਸੀਗਾ ਹੁਣ ਰੇਟ 1600-1650 ਇਹੋ ਜਿਹਾ ਕੁਛ ਸੀਗਾ ਅਤੇ ਉਦੋਂ ਠੀਕ ਸੀਗਾ ਰੇਟ ਤਾਂ ਮੈਂ ਬੀਤੀ ਸੀ ਚਲੋ ਅੱਜ ਆਪਾਂ ਵੜਦੇ ਹਾਂ ਕਿਹੜਾ ਮਸ਼ੀਨ ਨਾਲ ਮਸ਼ੀਨ ਕਿਹੜਾ ਆਪਾਂ ਦੇਖ ਲਈਏ ਬਾਹਰ ਕੱਢ ਕੇ ਮੜੀ ਜੀ ਚੈੱਕ ਕਰ ਲਈਏ ਉਦੋਂ ਠੀਕ ਚੈੱਕ ਕਰਕੇ ਕਢਾਂਗਾ ਉਹਨਾਂ ਟਾਪਾ ਖੋਲ੍ਹ ਲਈਏ ਇੱਕ ਜੇ ਇੱਕ ਠੀਕ ਹੋਈ ਦੂਜੀ ਵੀ ਠੀਕ ਹੀ ਹੋਊਗੀ ਚੜ ਜਾ ਉੱਤੇ ਆ ਚੱਲ ਚੜ ਗਿਆ ਵਾ ਆ ਕਟਰ ਸਹੀ ਆ ਅਤੇ ਚੜਿਆ ਹੈਗਾ ਠੀਕ ਹੈ ਇਹ ਪੁਰਾਣੀ ਵਾਲਾ ਵੀ ਠੀਕ ਹੈ ਚਲੋ ਉਹਦੇ ਪਾਵਰ ਵੀ ਫੁੱਲ ਲਾਏ ਇਹਦੀ ਮਸ਼ੀਨ ਦੀ ਪੂਰੀ ਰਿਪੇਅਰ ਆ ਅਤੇ ਚੱਕਦੇ ਹਾਂ ਕਟਰ ਕਰਾਂ ਅਤੇ ਟਰੈਕਟਰ ਮੈਂ ਵੇਚਤਾ ਸੀਗਾ ਇੱਕ ਜੌਨ ਡੀਅਰ ਦਾ ਕਿਉਂਕਿ ਫਿਰ ਇੱਕ ਤਾਂ ਟਰੈਕਟਰ ਖਰੀਦਣਾ ਸੀਗਾ ਉਹ ਟਰੈਕਟਰ ਆਪਣਾ ਨਿਊ ਹੋਲੈਂਡ ਵਾਲਾ ਪਾਇਆ ਕਟਰ ਨਿਊ ਹੋਲੈਂਡ ਵਾਲਾ ਖਰੀਦਣਾ ਨਹੀਂ ਸੀਗਾ ਟਰੈਕਟਰ ਉਹਨੂੰ ਪਲੋ ਨੂੰ ਤਾਂ ਕਰਕੇ ਅਤੇ ਨਾ ਉਹਨੂੰ ਖਿੱਚਣਾ ਸੀਗਾ ਉਹਨੇ ਸੀਡਰ ਨੂੰ ਤਾਂ ਕਰਕੇ ਤਾਂ ਮੈਨੂੰ ਆਹ ਖਰੀਦਣਾ ਪੈ ਗਿਆ ਨਾ ਉਹਨੇ ਖਿੱਚਣਾ ਸੀਗਾ ਉਹ ਵੀ ਛੋਟਾ ਸੀਗਾ ਤਾਂ ਕਰਕੇ ਉਹਨੂੰ ਲਾਰਜ ਟਰੈਕਟਰ ਖਰੀਦਿਆ ਗਿਆ ਅਤੇ ਹਜੇ ਤਾਂ ਇੱਕ ਉਹ ਵੀ ਕਰਨਾ ਗਾ ਮੋੜ ਕਰੂੰਗਾ ਮੈਂ ਉਹ ਪਲਾਂਟਿੰਗ ਵਾਲਾ ਅੱਗੇ ਆਪਾਂ ਕਮੈਂਟ ਦੇਖੋ ਕਿਵੇਂ ਕੁਛ ਚਾਹੀਦਾ ਅਤੇ ਇਹਨੂੰ ਫਰਟੀਲਾਈਜ਼ ਮੰਗ ਰਹਿਣੀਆਂ ਇੰਨਾ ਇੰਨਾ ਥਾਂ ਜਿੰਨਾ ਜਿੰਨਾ ਥਾਂ ਤੁਹਾਨੂੰ ਟਾਈਮ ਦਿੰਦੇ ਸੀ ਇਹਨਾਂ ਬਾਕੀ ਸਾਰੇ ਕਿਤੇ 100% ਆ ਇੱਥੇ 50% ਹੀ ਆ ਇੱਥੇ ਥੋੜ੍ਹਾ ਜਿਹਾ ਰਹਿੰਦਾ ਸੀਗਾ ਤਾਂ ਕਰਕੇ ਅਤੇ ਅਗਲੀ ਵਾਰੀ ਮੈਂ ਕਰ ਦੂੰਗਾ ਅਤੇ ਹੁਣ ਆਪਾਂ ਕਰਕੇ ਸਾਰਿਆਂ ਨਾਲ ਪਹਿਲ 'ਤੇ ਤਾਂ ਟਾਈਮ ਲੈ ਕੇ ਚੱਲਦੇ ਹਾਂ ਉੱਥੇ ਕਿਰਾਂ ਪਾਣ ਥਾਂ ਵੱਢਾਂਗੇ ਇੰਨਾ ਕੁ ਜਿੰਨੀ ਕੁ 54 ਵਾਰ ਆ ਇੱਥੇ ਲਾ ਕੇ ਹਾਰਵੈਸਟਰ ਇੱਕ ਲਾ ਦੂੰ ਇੱਥੇ ਮੈਂ ਅਤੇ ਮੈਨੂੰ ਘੱਟ ਪਈ ਫਿਰ ਮੈਂ 2 ਹੋਰ ਲਾ ਦੂੰ ਇੱਕ ਇੱਧਰ ਨੂੰ ਕਰਕੇ ਇੱਕ ਇੱਧਰ ਨੂੰ ਕਰਕੇ ਆਹ ਵੱਢ ਕੇ ਮੁੜ ਕੇ ਇੱਥੋਂ ਲਾ ਦੂੰ ਸਿੱਧਾ ਸਿੱਧਾ ਵੱਢੀ ਆਊਗਾ ਲਾਉਂਦੇ ਹਾਂ ਇਹਨੂੰ ਅਤੇ ਫਿਰ ਤੁਹਾਨੂੰ ਮਿਲਦਾ ਫਿਰ ਮੈਂ ਆਹ ਪੂੰਜਾ ਜਿਹਾ ਵੱਢ ਕੇ ਉਹਦਾ ਸਾਨੂੰ ਪੂੰਜਾ ਵੱਢ ਕੇ ਆਹ ਫਿਰ ਆਪਾਂ ਲਾਵਾਂਗੇ ਦੇਖਾਂਗੇ ਘੱਟ ਪਈ ਤਾਂ ਅਤੇ ਇੱਕ ਸੀਡਰ ਵੀ ਖਰੀਦੂੰਗਾ ਮੈਂ ਜਿਹੜਾ ਲੰਮਾ ਇੱਕ ਵਾਰੀ ਹੀ ਸਾਹਮਣ ਮੇੜ ਦੇ ਥੋੜ੍ਹੀ ਗੇਮ ਤਾਂ ਲੈ ਕਰਿਆ ਕਰੂੰਗੀ ਉਹ ਮੈਂ ਵੀਡੀਓ ਤੋਂ ਬਾਅਦ ਕਰ ਲਿਆ ਕਰੂੰਗਾ ਇੱਕ ਵਾਰ ਜੀ ਕੰਮ ਨੇ ਮੇੜ ਦਾ ਕਰੂਗਾ ਸਿੱਧੀ ਉਹ ਮੈਂ ਤਾਂ ਤੁਹਾਨੂੰ ਸਾਰਾ ਵੱਢ ਕੇ ਇਹ ਇੰਨਾ ਕੁੰਜਾ ਜਿਹਾ ਹਾਂਜੀ ਆਪਾਂ ਵੱਢ ਲਈ ਆ ਹਾਲੀ ਹੈਲਪਰ ਨੇ ਵੱਢਦੇ ਸੀਗੇ ਅਤੇ ਇਹਨੂੰ ਲਾਉਂਦੇ ਹਾਂ ਆਪਾਂ ਹੁਣ ਇੱਧਰਲੇ ਪਾਸੇ ਅਤੇ ਮੈਂ ਸੋਚਿਆ ਇੱਥੇ ਆਹ ਬਾਣਾ ਨਾ ਇੱਥੇ ਕੁਛ ਸਾਂਭਣੀ ਆ ਕਿ ਇੱਥੋਂ ਲੈ ਉਹਨੂੰ ਲਾ ਦਈਏ ਫਿਰ ਸੋਨੂੰ ਦੁਖਾਉਣਾ 1 ਸਕਿੰਟ ਪੈਸੇ ਤਾਂ ਇੰਨਾ ਜੋੜ ਕੇ ਦੇਖੇ ਸੀਗੇ ਠੀਕ ਜਿਹੀ ਬਣਦਾ 24-25 ਮਿਲੀਅਨ ਬਣਦਾ ਗਾ ਜੇ ਆ ਬਣ ਗਿਆ ਤਾਂ ਪਾਈ ਸੀ ਪੈਸੇ ਮੁੜ ਕੇ ਤਾਂ ਆਪਾਂ ਭਾਵੇਂ ਚੈਣੇ ਜਿਹਨੂੰ $700 ਮਿਲੀਅਨ ਕਰ ਲਾਂਗੇ ਇੰਨਾ ਸੌਖਾ ਹੋ ਜਾਊਗਾ ਇੱਥੇ ਲਾਉਂਦੇ ਆਪਾਂ ਹੈਲਪਰ ਅਤੇ ਸੋਨੂੰ ਦਿਖਾਉਂਦਾ ਮੈਂ ਜਿਵੇਂ ਕਿ ਇੱਥੋਂ ਲੈ ਕੇ 32-30-31-32-29 ਇੱਥੋਂ ਲੈ ਕੇ ਆਪਾਂ ਇੱਥੋਂ ਤੱਕ ਇੱਕ ਕਰ ਦਾਂਗੇ ਬਾਹਣ ਮੁੜ ਕੇ ਇੱਥੇ ਥੋੜ੍ਹਾ ਜਿਹਾ ਥਾਂ ਗਾ ਇਹਨਾਂ ਨੂੰ ਵੀ ਇੱਕ ਕਰ ਦਾਂਗੇ ਮੁੜ ਕੇ ਜੇ ਤਾਂ ਇੱਥੋਂ ਆਪਾਂ ਲਾਉਣਾ ਹੋਇਆ ਕਰੂਗਾ ਇੱਥੋਂ ਐਂ ਕਰਕੇ ਕੱਟੀ ਜਾਊਗਾ ਇੱਕ ਦੋ ਹੈਲਪਰ ਅਤੇ ਉਹੀ ਇੱਧਰ ਕਰਾਂਗੇ ਇੱਥੋਂ ਐਂ ਕੱਟੀ ਜਾਊਗਾ ਅਤੇ ਇੱਥੋਂ ਕਰ ਦਾਂਗੇ ਤਾਂ ਉਹਨੂੰ ਲਿਜਾ ਕੇ ਅਤੇ ਮੁੜ ਕੇ ਇੱਥੋਂ ਇਹਦੇ ਨਾਲ ਅਟੈਚ ਕਰ ਦਾਂਗੇ ਇਹ ਸਾਰਾ 21 ਬਣਾ ਦਾਂਗੇ ਮੁੜ ਕੇ ਆਪਾਂ ਨੂੰ ਪੈਸੇ ਜੀ ਦੀ ਲੋੜ ਨਹੀਂ ਮੁੜ ਕੇ ਆਹ ਬਚਣਗੇ 13-14-15-16-17-18-19 ਆ ਬਾਕੀ ਬਚਣਗੇ 3-4 ਜੇ ਇਹ ਜੇ ਮੇਰਾ ਜੀ ਕਰਿਆ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਹਾਂ ਦੂਜਾ ਤਾਂ 20 ਜੀ ਦਿਆ ਕਰਾਂਗੇ ਅਤੇ ਹਜੇ ਤਾਂ ਕਿਹੜਾ ਆਪਾਂ ਕਰਦੇ ਹਾਂ ਕਿਹੜਾ ਤਾਂ ਖਰੀਦਾਂਗੇ 33-34-35 ਜਦੋਂ ਹੋ ਗਿਆ ਆਪਣੇ ਕੋਲ 23-24 ਮਿਲੀਅਨ ਮੁੜ ਕੇ ਆਪਾਂ ਖਰੀਦਾਂਗੇ ਦੇਖੀ ਜਾਊਗੀ
ਤੇ ਵੱਡੀਆਂ ਦਾ ਗੇਰਾ ਹੈ ਪਰ ਲੱਗਿਆ ਵੇ। ਕਮੈਂਟ ਕਰਕੇ ਦੱਸੋ ਮੇਰਾ ਐਡ ਦਾ ਕਿਵੇਂ ਲੱਗਿਆ, ਤਾਂ ਛੇਤੀ ਫਿਰ ਆਪਾਂ ਚਾੜੇ ਨੂੰ ਭਾਵੇਂ 700 ਮਿਲੀਅਨ ਤੱਕ ਵੀ ਮੈਂ ਦੇਖੂੰਗਾ ਜੇ ਮੈਨੂੰ ਕੋਲ ਆ ਗਏ ਪੈਸੇ ਚੰਗੇ ਤਾਂ ਸਾਰਾ ਮੈਪ ਖਰੀਦ ਕੇ ਫਿਰ ਮੈਂ ਇੱਥੋਂ ਲਾਇਆ ਕਰੂੰਗਾ ਵੇਚਣ ਵਾਸਤੇ। ਸਾਰਾ ਮੈਪ ਕਰਦਾ ਕਿ ਇੱਕ ਵਾਰੀ ਜੀ ਦੱਸਿਆ ਮੈਨੂੰ ਕਮੈਂਟ ਕਰਕੇ ਕਿ ਮੇਰਾ ਆਈਡੀਆ ਕਿਵੇਂ ਲੱਗਿਆ, ਅਤੇ ਅਜੇ ਤੱਕ ਆਪਾਂ ਖਰੀਦਾਂਗੇ 33 ਤੋਂ ਲੈ ਕੇ 37 ਤੱਕ ਇਹਨਾਂ ਨੂੰ ਇੱਕ ਕਰਕੇ ਜਦੋਂ ਆ ਗਿਆ ਆਪਣੇ ਕੋਲ 30-40 ਮਿਲੀਅਨ ਉਦੋਂ ਬਾਅਦ ਸਾਰਾ ਬਣ ਸਾਰਾ ਖਰੀਦ ਲਾਂਗੇ। ਕਿਹੜਾ ਪੈਸੇ ਲੱਗਣਗੇ, ਕਿ ਤਾਂ ਪੈਸੇ ਹੀ ਪੈਸੇ ਆ। ਅਤੇ ਹੁਣ ਆਪਾਂ ਲਾ ਤਾਂ ਹੈਲਪਰ 'ਤੇ ਕਿੰਨੀ ਕਿੰਨੀ ਹੋ ਗਈ ਸੁਣ ਦਿਖਾ ਦਿੰਦਾ। ਇਹਦੇ ਕੋਲ ਤਾਂ ਅਜੇ ਹੈਗੀ ਮੈਨੂੰ ਲੱਗਦਾ 33,000 ਆ ਇਹਦੇ 'ਚ। ਸੋਇਆਬੀਨ ਘੱਟ ਮਿਲਦੀ ਹੁੰਦੀ ਇਹਨੂੰ ਥੋੜ੍ਹੀ ਜਿਹੀ, ਇੱਕ ਤਾਂ ਇੱਕ ਇਹਨੇ ਤਾਂ ਵੀ ਥੋੜ੍ਹਾ ਵੱਡਾ ਹਜ਼ਾਰ ਵੱਧੀ ਆ ਜੀ ਥੋੜ੍ਹੀ ਮਿਲਦੇ ਆ। ਚਲੋ ਫਾਇਦਾ ਹੋ ਜਾਏ, ਬਾਕੀ ਬਾਣ ਵੀ ਛੋਟਾ ਲਾਉਂਗੀ ਅਤੇ ਮਿਲਦਾ ਤੁਹਾਨੂੰ ਸਾਰੀ ਵੱਢ ਕੇ ਦੇਖ ਦੇਖੋ ਕਿੰਨੇ ਪੈਸੇ ਮਿਲਦੇ ਅੱਜ, ਅਤੇ ਮਿਲਦਾ ਤੁਹਾਨੂੰ ਸਾਰੀ ਵੱਢ ਕੇ। ਹਾਂਜੀ ਆਪਾਂ ਵੱਢ ਲਈ ਸਾਰੀ ਸੋਇਆਬੀਨ, ਅਤੇ ਸੋਇਆਬੀਨ ਹੋਈ ਸੀਗੀ ਕੋਸਟ 30,000 ਹੋ ਗਈ ਸੀਗੀ, ਬਾਕੀ ਤੁਸੀਂ ਲਾ ਲਓ 6,70,000 ਸੀਗੀ। ਠੀਕ ਜੀ ਹੋਈ ਆ ਕਿਉਂਕਿ ਸੋਇਆਬੀਨ ਘੱਟ ਹੀ ਮਿਲਦੀ ਹੁੰਦੀ ਆ। ਦੇਖਦੇ ਹਾਂ ਰੇਟ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ, ਰੇਟ ਉਹੀ ਚੱਲੀ ਜਾਂਦਾ 650 ਦਾ। ਦੇਖਦੇ ਹਾਂ ਕਿੰਨੇ ਪੈਸੇ ਮਿਲਦੇ ਆ ਕਿਹੜਾ। ਹਜੇ ਤਾਂ ਕਿਹੜਾ 1 ਮਿਲੀਅਨ ਹੀ ਮਿਲਿਆ ਹੈਗਾ, ਅਤੇ ਹੁਣ ਆਪਾਂ ਬੀਜਾਂਗੇ। ਹੁਣ ਜਾਂ ਤਾਂ ਮੈਂ ਬੀਜੂੰਗਾ ਕੈਰਟ, ਗਾਜਰਾਂ ਬੀਜਾਂਗੇ ਅਤੇ ਫਰਟੀਲਾਈਜ਼ ਕਰਾਂਗੇ 100%, ਅਤੇ ਦੇਖਾਂਗੇ ਕਿੰਨੇ ਪੈਸੇ ਮਿਲਦੇ ਆ। ਅਤੇ ਅੱਜ ਦੀ ਵੀਡੀਓ ਬਸ ਇੱਡੀ ਕੀ ਸੀਗੀ, ਅਤੇ ਹਾਰਵੈਸਟਰ ਮੈਂ 2 ਹੋਰ ਖਰੀਦ ਲਏ ਸੀਗੇ, ਘੱਟ ਪੈਂਦੀ ਹੌਲੀ ਚੱਲਦੇ ਸੀਗੇ, ਬਾਕੀ ਤਾਂ ਥੋੜ੍ਹਾ ਆਪਣੇ ਕੋਲ ਤਾਂ ਥੋੜ੍ਹਾ ਜਿਹਾ ਵੱਧ ਕਰਕੇ। ਅਤੇ 1 ਮਿਲੀਅਨ ਦਾ ਕੋਈ ਖੇਸ ਨਹੀਂ ਆਉਂਦਾ ਅਜੇ, ਆਉਂਦੇ ਆ ਬਾਕੀ ਆਪਾਂ ਹਾਲੀ ਖਰੀਦਾਂਗੇ ਇਕੱਠੀ, 3 ਮਿਲੀਅਨ ਦੇ ਇਕੱਠੇ ਖਰੀਦਾਂਗੇ ਕਿਉਂਕਿ ਆਪਾਂ ਅਜੇ ਹਾਰਵੈਸਟਰ ਵੀ ਖਰੀਦਣੇ ਪੈਣਗੇ, ਅਤੇ ਬਾਕੀ ਬੀਜਣ ਵਾਸਤੇ ਕੁਛ ਨਾ ਕੁਛ ਤਾਂ ਪੈਸੇ ਚਾਹੀਦੇ ਆ। ਜੇ 5 ਜਾਂ 6 ਮਿਲੀਅਨ ਹੋ ਗਏ ਉਦੋਂ ਆਪਾਂ ਖਰੀਦਾਂਗੇ ਬਾਹਣ, 3-4 ਆ ਇੱਧਰੋਂ ਖਰੀਦਣ ਲੱਗਾਂਗੇ, 3-4-5-6। ਅਤੇ ਅੱਜ ਦੀ ਵੀਡੀਓ ਇੰਨੀ ਕੁ ਸੀਗੀ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਪਿਛਲੀ ਵੀਡੀਓ 'ਚ ਵੀ ਮੈਂ ਕਿਹਾ ਸੀਗਾ, ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਯਾਰ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ। ਇੰਸਟਾਗ੍ਰਾਮ 'ਤੇ ਆਪਾਂ ਫੋਲੋ ਕਰਕੇ ਨਾ ਪੂਰਾ ਆਪਾਂ ਧੱਕ ਪਾ ਦਿੰਦੇ ਹਾਂ ਉੱਥੇ। ਅਤੇ ਹੋਰ ਮੈਂ ਇੱਕ ਕਹਿਣਾ ਸੀਗਾ, ਅਤੇ ਉਹਨਾਂ ਦਾ ਉਹ ਭਾਲ ਲਿਆ ਜੀ। ਹਾਂਜੀ, ਅਤੇ ਲਾਵਾਂਗੇ ਆਪਾਂ ਇੱਥੇ ਗਾਜਰਾਂ, ਅਤੇ ਅਗਲੇ ਪਾਰਟ 'ਚ ਵੱਢਾਂਗੇ ਗਾਜਰਾਂ। ਅਤੇ ਵੀਡੀਓ ਸੰਡੇ ਨੂੰ ਆਇਆ ਨਹੀਂ ਕਰਨੀ ਕਿਉਂਕਿ ਸੰਡੇ 'ਤੇ ਹੋਲੀਡੇ ਹੁੰਦੀ ਆ, ਉਹ ਕਰਨਾ ਤਾਂ ਮਗਰ ਲਾਈਕ ਸੋ ਮਿਲਣਾ, ਸੰਡੇ ਨੂੰ ਵੀਡੀਓ ਆਉਂਦੀ ਨਹੀਂ। ਅਤੇ ਊਂ ਵੀਡੀਓ ਆਇਆ ਕਰੂਗੀ 11-12 ਵਜੇ ਆ ਜਾਂਦੀ ਹੈ ਵੀਡੀਓ, ਸਹੀ ਅਪਲੋਡ ਹੋ ਜਾਂਦੀ ਹੈ ਵੀਡੀਓ, ਸ਼ਡਿਊਲ ਕਰ ਦਿੰਦਾ ਮੈਂ, ਅਪਲੋਡ ਹੋ ਜਾਂਦੀ ਹੈ, ਤੁਸੀਂ ਚੈੱਕ ਕਰ ਸਕਦੇ। ਅਤੇ ਡਿਸਕਾਊਂਟ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ, ਉੱਥੇ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਮੇਰੇ ਨਾਲ, ਜੇ ਕੋਈ ਮੋੜ ਮਾੜ ਚਾਹੀਦਾ ਹੋਵੇਗਾ। ਅਤੇ ਮਛੇਤੀ ਜਿਹੜਾ 36 ਦਾ ਮੋੜ ਆ ਉਹਦੀ ਮੈਂ ਵੀਡੀਓ ਬਣਾਊਂਗਾ, ਉਹਦੀ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਉਦੋਂ। ਅਤੇ ਆਪਾਂ ਇੱਕ ਮੋੜ ਹੋਰ ਬਣਾਈ ਜਾਂਦੇ, ਉਹ ਬਣੀ ਜਾਂਦਾ, ਅਜੇ ਥੋੜ੍ਹਾ ਟਾਈਮ ਲੱਗੂਗਾ, ਦੇਖ ਕੇ ਆਉਂਦਾ ਹੀ ਮੋੜ ਅਜੇ ਵਾਹਵਾ ਟਾਈਮ ਲੱਗ ਸਕਦਾ, ਜਾਂ ਕਿਉਂਕਿ ਫਿਰ ਮੋੜ ਵੀ ਬਣਾਉਣਾ ਪੈਂਦਾ, ਐਡਿਟ ਵੀ ਕਰਨੀ ਪੈਂਦੀ ਵੀਡੀਓ ਸਾਰੇ ਕੰਮ। ਅਤੇ ਕੰਮ ਆਪਾਂ ਧੋਣ ਵਾਸਤੇ ਲਾ ਲਿਆ ਸੀਗਾ ਇੱਥੇ। ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ, ਅਤੇ ਸਬਸਕ੍ਰਾਈਬ ਕਰ ਲਿਓ, ਭਾਵੇਂ ਮੁੱਕਾ ਮਾਰਿਓ, ਭਾਵੇਂ ਕੁਛ ਮਾਰਿਓ, ਅਤੇ ਭਾਵੇਂ ਟਰੈਕਟਰ ਚੜ੍ਹਾ ਦਿਓ, ਆਹ ਸਬਸਕ੍ਰਾਈਬ ਹੋ ਜਾਣਾ ਚਾਹੀਦਾ, ਅਤੇ ਉਹ ਬੈਲ ਆਈਕਨ ਵੀ ਦੱਬ ਦਿਓ, ਤੁਹਾਡਾ ਕਿਹੜਾ ਕੁਝ ਜਾਂਦੇ ਆ ਸਬਸਕ੍ਰਾਈਬ ਕਰੋ। ਅਤੇ ਮਿਲਦਾ ਤੁਹਾਨੂੰ ਨੈਕਸਟ ਵੀਡੀਓ 'ਚ, ਬਾਏ ਬਾਏ।